ਹਰਕਿਸ਼ਨ ਸਾਹਿਬ ਵਾਸਤੇ ਆਪ ਜੀ ਨੇ ਕੋਰਟ ਵਿੱਚ ਕੇਸ ਫਾਈਲ ਕੀਤਾ ਸੀ ਉਹਦੇ ਕੀ ਰਿਜ਼ਲਟ ਆਏ ਨੇ? ਅਸੀਂ ਗੁਰਦੁਆਰਾ ਬਾਲਾ ਸਾਹਿਬ ਦੇ ਵਿੱਚ 200 ਬਿਸਤਰਿਆਂ ਵਾਲਾ ਜੋ ਹਸਪਤਾਲ ਬਣ ਰਿਹਾ ਸੀ ਉਹ ਬਾਬਾ ਹਰਬੰਸ ਸਿੰਘ ਨੇ ਬਣਾਇਆ ਸੀ। ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਹਸਪਤਾਲ ਮਨੀਪਾਲ ਗਰੁੱਪ ਨੂੰ ਦੇ ਦਿੱਤਾ। ਜਦ ਪਰਮਜੀਤ ਸਿੰਘ ਸਰਨਾ ਵੱਲੋਂ ਅਸੀਂ ਪੁੱਛਿਆ ਬਾਈ ਤੁਸੀਂ ਦੱਸੋ ਇਹਦਾ ਕੀ ਐਗਰੀਮੈਂਟ ਕੀਤਾ ਹੈ, ਕਿੰਨਾ ਪੈਸਾ ਲਿਆ ਹੈ, ਕੀ ਇਹ, ਉਹਨਾਂ ਨੇ ਬਿਲਕੁਲ ਨਹੀਂ ਦੱਸਿਆ। ਫਿਰ ਅਸੀਂ ਕੋਰਟ ਦਾ ਸਹਾਰਾ ਲਿਆ। ਅੱਜ ਕੋਰਟ ਦਾ ਜੋ ਫੈਸਲਾ ਆਇਆ, ਕੋਰਟ ਨੇ ਅੱਜ ਇਹ ਫੈਸਲਾ ਦਿੱਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੋਸ਼ੀ ਹੈ ਔਰ ਜੋ ਦੂਸਰੇ ਲੋਕ ਵੀ ਹੈਗੇ ਨੇ ਉਹ ਵੀ ਦੋਸ਼ੀ ਹਨ ਅਤੇ ਨਾਲ ਉਹਨਾਂ ਨੇ ਕੋਰਟ ਨੇ ਇਹ ਆਰਡਰ ਕੀਤਾ ਹੈ ਕਿ ਇਹਦੀ ਜੋ ਹੈ ਜਲਦੀ ਇਨਕੁਆਇਰੀ ਕਰਕੇ 13 ਮਾਰਚ ਨੂੰ ਕੋਰਟ ਨੂੰ ਦੱਸਿਆ ਜਾਏ ਔਰ ਅਸੀਂ ਚਾਹੁੰਦੇ ਹਾਂ ਕਿ ਪਰਮਜੀਤ ਸਿੰਘ ਸਰਨਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ।